ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਨਵਾਂ ਵੇਰੀਐਂਟ JN1 ਨੂੰ ਲੈ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਮੁੜ ਤੁਹਾਨੂੰ ਮਾਸਕ ਲਗਾਉਣ ਲਈ ਕਿਹਾ ਗਿਆ ਹੈ। ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਕਈ ਸੌ ਕੇਸ ਪਿਛਲੇ 24 ਘੰਟੇ ਦੇ ਵਿੱਚ ਆ ਚੁੱਕੇ ਨੇ। ਤਾਂ JN1 ਨਵਾਂ ਵੇਰੀਐਂਟ ਹੈ ਕੋਰੋਨਾ ਦਾ, ਜਿਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਸਰਕਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਭੀੜ ਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਾਓ। ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਮਰੀਜ਼ਾਂ ਨੂੰ ਵੇਖਦੇ ਸਮੇਂ ਡਾਕਟਰ ਲਈ ਮਾਸਕ ਪਾਉਣਾ ਜ਼ਰੂਰੀ, ਡਾਕਟਰ ਅਤੇ ਨਰਸਾਂ ਦੇ ਲਈ ਇਹ ਖਬਰ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਕਲੀਨਿਕ 'ਤੇ ਵੀ ਜਾ ਰਹੇ ਹੋ ਤਾਂ ਉੱਥੇ ਵੀ ਡਾਕਟਰ ਜਾਂ ਕੋਈ ਨਰਸ ਹੋਵੇ, ਉਸਦੇ ਮਾਸਕ ਪਾਇਆ ਹੋਣਾ ਜ਼ਰੂਰੀ ਦੱਸਿਆ ਜਾ ਰਿਹਾ ਹੈ। ਕਿ ਮਾਸਕ ਜੇਕਰ ਨਹੀਂ ਪਾਇਆ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਮਾਸਕ ਪਾਓ, ਕਿਉਂਕਿ ਵੱਖ ਵੱਖ ਤਰੀਕੇ ਦੇ ਜਿਹੜੇ ਮਰੀਜ਼ ਹੁੰਦੇ ਨੇ ਉਹ ਹਸਪਤਾਲ ਕਲੀਨਿਕਾਂ ਦੇ ਵਿੱਚ ਆਉਂਦੇ ਨੇ ਅਤੇ ਡਾਕਟਰ ਦੇ ਸੰਪਰਕ ਦੇ ਵਿੱਚ ਵੀ ਆਉਂਦੇ ਨੇ। ਅਤੇ ਜੇਕਰ ਡਾਕਟਰ ਨੇ ਮਾਸਕ ਲਾਇਆ ਹੋਵੇਗਾ, ਹੱਥਾਂ 'ਚ ਗਲਵਜ਼ ਪਾਏ ਹੋਣਗੇ, ਤਾਂ ਬਿਮਾਰੀ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਮਾਸਕ ਨਾ ਪਾਇਆ ਹੋਵੇ ਤਾਂ ਬਿਮਾਰੀ ਵਧਣ ਦਾ ਖਤਰਾ ਉਨੀ ਹੀ ਜ਼ਿਆਦਾ ਦੱਸਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਨਰਸਿੰਗ ਸਟਾਫ ਅਤੇ ਡਾਕਟਰਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਮਾਸਕ ਲਗਾਇਆ ਜਾਵੇ ਹਸਪਤਾਲਾਂ ਦੇ ਵਿੱਚ। ਬੁਖਾਰ ਜ਼ੁਕਾਮ ਹੋਣ 'ਤੇ ਲੋਕਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਬੁਖਾਰ ਜ਼ੁਕਾਮ ਹੋਣ 'ਤੇ ਡਾਕਟਰ ਨੂੰ ਜਲਦ ਤੋਂ ਜਲਦ ਮਿਲੋ, ਕਿਉਂਕਿ ਇਹ JN1 ਵੇਰੀਐਂਟ ਬਹੁਤ ਹੀ ਖਤਰਨਾਕ ਵੇਰੀਐਂਟ ਹੈ ਅਤੇ ਲਗਾਤਾਰ ਕਾਫੀ ਤੇਜ਼ੀ ਦੇ ਨਾਲ ਇਹ ਵੱਧ ਰਿਹਾ ਹੈ। ਕਈ ਲੋਕਾਂ ਨੂੰ ਕੋਰੋਨਾ ਹੋ ਚੁੱਕਾ ਹੈ, ਕਈ ਕੇਸ ਪਿਛਲੇ 24 ਘੰਟੇ ਦੇ ਵਿੱਚ ਸਾਹਮਣੇ ਆ ਚੁੱਕੇ ਨੇ। ਤਾਂ ਦੱਸ ਦਈਏ ਕਿ ਸਰਕਾਰ ਨੇ ਇੱਕ ਗੱਲ ਹੋਰ ਕਹੀ ਹੈ ਆਮ ਲੋਕਾਂ ਦੇ ਲਈ ਕਿ ਜੇਕਰ ਤੁਹਾਨੂੰ ਬੁਖਾਰ ਜ਼ੁਕਾਮ ਖਾਂਸੀ ਕੁਛ ਵੀ ਹੁੰਦਾ ਹੈ ਤਾਂ ਆਪ ਦਵਾਈ ਨਾ ਲਓ, ਖੁਦ ਡੋਲੋ ਜਾਂ ਜੀਫੀ ਵਰਗੀ ਗੋਲੀਆਂ ਨਾ ਖਾਓ, ਡਾਕਟਰ ਦੇ ਕੋਲ ਜਾਓ ਤਾਂ ਕਿ ਸਮੇਂ ਸਿਰ ਤੁਹਾਨੂੰ ਇਲਾਜ ਮਿਲ ਸਕੇ ਅਤੇ ਕੋਰੋਨਾ ਨਾ ਵਧੇ, ਤੁਹਾਡੇ ਤੋਂ ਕਿਸੇ ਹੋਰ ਨੂੰ ਕੋਰੋਨਾ ਨਾ ਹੋਵੇ। ਇਸ ਕਰਕੇ ਖੁਦ ਘਰੇ ਬੈਠ ਕੇ ਦਵਾਈ ਲੈਣ ਤੋਂ ਚੰਗਾ ਡਾਕਟਰ ਦੇ ਕੋਲ ਜਾਓ। ਤਾਂ ਵੱਡੀ ਖਬਰ ਹੈ ਕੋਰੋਨਾ ਨੂੰ ਲੈ ਕੇ। ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਹੜੇ ਲੋਕ ਨੇ ਇਹ ਖਬਰ ਦੇਖ ਰਹੇ ਨੇ, ਜੇਕਰ ਤੁਸੀਂ ਭੀੜ ਭਾੜ ਇਲਾਕੇ 'ਚ ਜਾਂਦੇ ਹੋ ਤਾਂ ਮਾਸਕ ਪਾ ਕੇ ਜਾਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪਹਿਲੇ ਵਾਲਾ ਟਾਈਮ ਕੋਰੋਨਾ ਕਾਲ ਜਿਹੜਾ ਸੀ ਉਹ ਮੁੜ ਆਵੇ ਤਾਂ ਮਾਸਕ ਪਾਉਣ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਉਹੋ ਜਿਹਾ ਟਾਈਮ ਮੁੜ ਕੇ ਦੁਬਾਰਾ ਆਵੇ ਤਾਂ ਤੁਸੀਂ ਮਾਸਕ ਜ਼ਰੂਰ ਪਾਓ, ਕਿਉਂਕਿ ਤੁਹਾਡੀ ਸਿਹਤ ਦੇ ਨਾਲ ਨਾਲ ਲੋਕਾਂ ਦੀ ਸਿਹਤ ਦੀ ਵੀ ਗੱਲ ਹੈ। ਪੂਰੇ ਦੇਸ਼ ਦੇ ਵਿੱਚ ਤੁਸੀਂ ਜਾਣ ਹੀ ਸਕਦੇ ਹੋ ਕਿ ਕਿਵੇਂ ਆਰਥਿਕ ਮੰਦੀ ਛਾ ਗਈ ਸੀ, ਲੋਕ ਘਰਾਂ ਦੇ ਵਿੱਚ ਬੈਠ ਗਏ ਸੀ, ਸਾਰੇ ਫਲਾਈਟਸ ਟ੍ਰੇਨਾਂ ਸਾਰਾ ਕੁਝ ਬੰਦ ਹੋ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਪੂਰੇ ਵਰਲਡ ਨੂੰ ਨੁਕਸਾਨ ਝੱਲਣਾ ਪਿਆ। ਤਾਂ ਕਿਉਂ ਨਾ ਉਹ ਸਭ ਕੁਝ ਦੁਬਾਰਾ ਨਾ ਦੇਖਿਆ ਜਾਵੇ, ਮਾਸਕ ਲਗਾਇਆ ਜਾਵੇ। ਭੀੜ ਭਾੜ ਵਾਲੀ ਜਗ੍ਹਾਵਾਂ 'ਤੇ ਥਾਵਾਂ 'ਤੇ ਜੇਕਰ ਤੁਸੀਂ ਜਾਂਦੇ ਹੋ ਤਾਂ ਮਾਸਕ ਜ਼ਰੂਰ ਲਾਓ, ਘਰ ਆ ਕੇ ਹੱਥ ਧੋਵੋ, ਮੂੰਹ ਧੋਵੋ ਚੰਗੀ ਤਰ੍ਹਾਂ, ਕਿਉਂਕਿ ਕੋਰੋਨਾ ਦੁਬਾਰਾ ਵੱਧ ਰਿਹਾ ਹੈ।